ਤੁਸੀਂ ਸਮਝਦੇ ਪਏ ਹੋ ਪਾਕ ਵਤਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਨ ਦਾ ਬਟਨ ਬਹੁਤ ਤਾਂ ਕਿ ਹਰ ਨਵੇਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਦੋਸਤਾਂ ਤੱਕ ਬਆਸਾਨੀ ਪਹੁੰਚ ਸਕੇ। ਤੁਸੀਂ ਉਹ ਵੀਡੀਓ ਵੇਖਦੇ ਰਹੋ ਔਰ ਜਾਨਵਰ ਪਸੰਦ ਕਰਦੇ ਰਹੋ। ਅੱਜ ਦੀ ਵੀਡੀਓ ਦੋਸਤੋ ਮਾਸ਼ਾਅੱਲਾ ਇੱਕ ਪਹਿਲੀ ਜੋਟੀ ਹੈ, ਬਿਲਕੁਲ ਤਾਜ਼ੀ ਸੂਈ ਹੋਈ, ਕੈਮਰਾਮੈਨ ਜੋਟੀ ਨਜ਼ਰ ਗਵਾਉਂਦਾ ਪਿਆ ਹੈ। ਮਾਸ਼ਾਅੱਲਾ ਸਭ ਤੋਂ ਪਹਿਲੇ ਜੋਟੀ ਦੀ ਸਿੰਗਲ ਹੱਡੀ ਵੇਖਣੀ ਜਨਾਬ, ਡੂੰਡਰ ਵਾਲੀ। ਮਾਸ਼ਾਅੱਲਾ ਗਿੱਠ ਜੱਡੀ ਉੱਚੀ ਹੱਡੀ ਹੈ ਮਾਝ ਦੀ। ਮਾਸ਼ਾਅੱਲਾ ਪੂਰੇ 1.5 ਫੁੱਟ ਦਾ ਖੁੱਡਾ ਔਰ ਕੁਸ਼ਲ ਖੁੱਡੇ ਦੇ ਵਿੱਚੋਂ ਨਿਕਲਦਿਆਂ ਸਾਰ ਡੋਰ ਵਰਗੀ। ਮਾਸ਼ਾਅੱਲਾ ਪੁੱਠਾ ਵੇਖਣਾ ਜੋਟੀ ਦਾ, ਭਰਾ ਤੋਂ ਜ਼ਿਆਦਾ ਚੌੜਾ ਪੱਟ। ਮਾਸ਼ਾਅੱਲਾ ਮੋਛਵੇਂ ਪਹਿਲਵਾਨਾਂ ਵਰਗੇ, ਹਵਾਨਾ ਵੇਖਣਾ ਹੈ ਪੰਡਾਂ ਦਾ ਲਈ ਜਾਂਦੀ ਹੈ। ਔਰ ਮਾਸ਼ਾਅੱਲਾ ਬੜਾ ਚੌੜਾ ਹਵਾਨਾ ਇਸੂ, ਐ ਨਹੀਂ ਕਿ ਪਤਲਾ ਜਿਹਾ, ਚੌੜਾ ਹਵਾਨਾ, ਚਾਰ ਚਫੇਰੂ, ਗਿੱਠ ਗਿੱਠ ਦੀਆਂ ਵੰਡਾਂ ਔਰ ਮੁੱਠ ਮੁੱਠ ਦਾ ਥਣ ਜੋਟੀ ਲੱਗਾ ਹੋਇਆ ਹੈ। ਮਾਸ਼ਾਅੱਲਾ ਪਿਛਲੀ ਸਾਈਡ ਤੋਂ ਨਾਪਵੀਂ ਗਿੱਠ, ਸਾਈਡਾਂ ਤੋਂ ਵੀ ਨਾਪਵੀਂ ਗਿੱਠ, ਮੁੱਠ ਮੁੱਠ ਦਾ ਜੋਟੀ ਨੂੰ ਥਣ ਲੱਗਾ ਹੋਇਆ ਹੈ, ਪੰਡਾਂ ਦਾ ਹਵਾਨਾ ਹੈ। ਮਾਸ਼ਾਅੱਲਾ ਖੁੱਚਾਂ ਤੀਰਸੀ ਦੀਆਂ ਪਦਰੀਆਂ, ਨੌ ਜੈਨ ਵਨ ਘਸੇ ਹੋਏ, ਸਿਰਫ ਪੁਸ਼ਲ ਦਾ ਗਿੱਠ ਇੱਕ ਦਾ ਸਿੱਟਾ ਸਫੈਦ ਐਸੂ, ਬਾਕੀ ਇੱਕ ਰੰਗ ਸ਼ਾਕ ਵਾਲੀ ਜੋਟੀ, ਅੱਖਾਂ ਦੋਵੇਂ ਸਫੈਦ ਨੇ, ਕੱਦ ਮਾਸ਼ਾਅੱਲਾ ਮੱਥੇ ਜਿੱਡਾ ਹੈ, ਬੜੀ ਵੱਡੀ ਮਾਝ ਪਹਿਲਾਂ ਬਣੀ ਹੈ, ਕੱਦ ਬੜਾ ਵੱਡਾ ਐਸੂ, ਕੰਢ ਤੀਰਸੀ ਦੀ ਪਦਰੀ ਔਰ ਵਲੈਤ ਥੋੜ੍ਹੀ ਲੰਮੀ, ਲੰਗਰੀਆਂ ਦੇ ਘਰ ਦਾ ਦਾਗ ਲੱਗਾ ਹੋਇਆ ਜੋਟੀ ਨੂੰ। ਮਾਸ਼ਾਅੱਲਾ ਪੈਰ ਬੜੇ ਮੋਟੇ, ਚੱਡੇ ਦੀ ਡਿਜ਼ਾਇਨਿੰਗ ਵੇਖਣੀ ਹੈ ਦੋਸਤੋ, ਬਿਲਕੁਲ ਚਵਾਂ ਸਾਈਡਾਂ ਤੋਂ ਬਰਾਬਰ ਹੈ, ਕਿਸੇ ਸਾਈਡ 'ਤੇ ਵੱਧ ਘੱਟ ਨਹੀਂ। ਜੋਟੀ ਨੂੰ ਥਣ ਬੜਾ ਪਿਆਰਾ ਲੱਗਾ ਹੋਇਆ ਹੈ, ਮੁੱਠ ਮੁੱਠ ਦਾ ਮੋਟਾ ਔਰ ਵਿਰਲਾਂ ਪੂਰੇ ਗਿੱਠ 'ਤੇ ਨੇ, 1 ਇੰਚ ਵੀ ਨਹੀਂ ਗੱਟ। ਮਾਸ਼ਾਅੱਲਾ ਬਰੀਕ ਚਮੜੀਆਂ ਦੀ, ਖਾਸ ਦਰਿਆ ਦੀ। ਮਾਸ਼ਾਅੱਲਾ ਇਹ ਚਮੜੀ ਬਿਲਕੁਲ ਰੇਸ਼ਮ ਵਰਗੀ ਹੈ ਔਰ ਬਰੀਕ ਜਿਵੇਂ ਟਿਸ਼ੂ ਪੇਪਰ ਹੁੰਦਾ ਹੈ। ਕੰਢ ਜੋਟੀ ਦੀ ਵੇਖਣੀ ਹੈ ਤੀਰ ਸਿੱਧੀ ਪੱਧਰੀ, ਪਿੱਛੋਂ ਮਾਸ਼ਾਅੱਲਾ ਥੱਬੇ ਜਿੰਨੀ ਚੌੜੀ ਹੈ ਔਰ ਅੱਗੋਂ ਇੰਝ ਲੱਗਦੀ ਹੈ ਜਿਵੇਂ ਕੱਟੀ ਹੈ, ਕੈਮਰਾਮੈਨ ਪੂਰੀਆਂ ਤਸੱਲੀਆਂ ਕਰਵਾ ਤੇ ਜਦੋਂ ਚਿਹਰੇ 'ਤੇ ਆਉਣਾ ਹੈ। ਮਾਸ਼ਾਅੱਲਾ ਸਿੰਘੀ 'ਤੇ ਆਉਣਾ ਹੈ, ਕਮਾਲ ਹੋ ਜਾਣੀ ਹੈ, ਦੋਸਤਾਂ ਦੇ ਰੂਹ ਖੁਸ਼ ਹੋ ਜਾਣੇ ਨੇ, ਰੱਬ ਨੇ ਬੜੇ ਹੁਸਨ ਦਿੱਤੇ ਨੇ ਜੋਟੀ ਨੂੰ। ਮਾਸ਼ਾਅੱਲਾ ਟੁਰਦੀ ਫਿਰਦੀ ਵੀ ਵਿਖਾਵਾਂਗੇ, ਦਾਗ ਲੱਗੇ ਹੋਏ ਨੇ, ਸ਼ਾਹ ਕਾਲੀ ਇੱਕ ਰੰਗ ਜੋਟੀ। ਮਾਸ਼ਾਅੱਲਾ ਅੱਖਾਂ ਦੁੱਧ ਵਰਗੀਆਂ ਔਰ ਬਲਬ ਤਰ੍ਹਾਂ ਬਾਲ ਰਹੀਆਂ ਨੇ, ਬਿਲਕੁਲ ਛੋਟੀ ਛੋਟੀ ਸਿੰਗੀ, ਐਂ ਗੋਲ ਕੜੇ ਮੋੜ ਅਤੇ ਕੱਠਾਂ ਦੇ ਬਿਲਕੁਲ ਐਂ ਸੈਂਟਰ ਦੇ ਵਿੱਚ ਲਾਈ ਖੜੀ ਹੈ। ਅੱਖ ਮਾਸ਼ਾਅੱਲਾ ਐਡੀ ਐਡੀ ਮੋਟੀ, ਕੋਪਰੀ ਛੋਟੀ ਜਿਹੀ, ਬੁੱਤੀ ਸੋਹਣੀ, ਕੰਨ ਸੋਹਣੇ ਵੱਡੇ ਛੱਜਾਂ ਵਰਗੇ, ਦੌਣ ਜੋਟੀ ਦੀ ਵਲੈਤ ਥੋੜ੍ਹੀ ਲੰਮੀ। ਮਾਸ਼ਾਅੱਲਾ ਲੰਬਾਈਆਂ, ਚੁੜਾਈਆਂ, ਕੱਦ ਹਰ ਚੀਜ਼ ਵੱਧ ਤੋਂ ਵੱਧ ਹੈ ਔਰ ਮਾਸ਼ਾਅੱਲਾ ਪਹਿਲੇ ਨੋ 'ਤੇ ਹਵਾਨਾ ਵੀ ਚੰਗਾ ਸੋਹਣਾ ਲਈ ਬੰਦੀ ਹੈ। ਪੈਰ ਜੋਟੀ ਦੇ ਬੜੇ ਮਜ਼ਬੂਤ ਨੇ ਔਰ ਹੁਣ ਫੁਰਦੀ ਫਿਰਦੀ ਵੀ ਖਾਂਦੇ ਹਾਂ, ਫਿਰ ਮਾਲਕ ਨਾਲ ਗੱਲਾਂ ਕਰਾਂਗੇ। ਮਾਸ਼ਾਅੱਲਾ ਭਾਈ ਜਾਨ ਆਓ ਖਾਂ, ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਸਭ ਖੈਰ ਖਰੀਅਤ ਹੈ ਜੀ? ਇੱਥੇ ਚਿਹਰਾ ਵਿਖਾ ਰਹੀ ਹੈ ਕੈਮਰਾਮੈਨ ਸੱਲੀਆਂ ਨਾਲ ਦੁਬਾਰੇ। ਮਾਸ਼ਾਅੱਲਾ ਅਤੇ ਸਾਈਡਾਂ ਦੀਆਂ ਵੰਡਾਂ ਵੀ ਵਿਖਾ ਰਹੀ ਹੈ ਕਿ ਕਈ ਦੋਸਤ ਆਖਦੇ ਨੇ ਇਹ ਜਨਾਬ ਚਾਰ ਚਫੇਰੂ ਮਾਝ ਵਿਖਾਈ ਕਰੋ। ਇੱਥੇ ਸਾਈਡਾਂ ਵਾਲੀਆਂ ਵੰਡਾਂ ਵੀ ਵੇਖ ਲੈਣੀਆਂ ਨੇ ਔਰ ਪਿੱਛੋਂ ਵਿਖਾ ਦਿੱਤੀਆਂ ਨੇ ਮਾਸ਼ਾਅੱਲਾ ਪੂਰੇ ਗਿੱਠ ਗਿੱਠ ਦੀਆਂ। ਔਰ ਇਹ ਤਸੱਲੀ ਕਰ ਲੈਣੀ ਹੈ ਮੇਰੇ ਵੀਰਾਂ ਨੇ ਕਿ ਮਾਝ ਦੇ ਥਣਾਂ ਦੇ ਵਿੱਚ ਇੱਕ ਹੰਝ ਨਹੀਂ ਦੁੱਧਦੀ, ਬਿਲਕੁਲ ਹਾਲੇ ਟਾਈਮ ਤੋਂ ਟਾਈਮ ਵੀ ਨਹੀਂ ਹੋਈ, ਕਿਉਂਕਿ ਇਹਨਾਂ ਨੇ ਫੋਨ ਸਾਨੂੰ ਕੀਤਾ ਅਤੇ ਅੱਗੇ ਅਸੀਂ ਸਫ਼ਰ 'ਤੇ ਜਾਣਾ ਹੈ ਅਤੇ ਇਹ ਜਨਾਬ ਸੁਬਹਾ ਦੀ ਚੁਵਾਈ ਹੋਈ ਹੈ, ਤਕਰੀਬਨ 10-11 ਵਜੇ ਦੀ ਵੀਡੀਓ ਬਣ ਲਈ ਹੈ। ਇਸ ਗੱਲ 'ਚ ਕੋਈ ਸ਼ੱਕ
ਯਾ ਝੂਠ ਨਹੀਂ ਹੈ ਮਾਸ਼ਾਅੱਲਾ ਬੇਸ਼ ਬੇਸ਼ ਇੱਥੇ ਵੰਡਾਂ ਵੇਖ ਲਓ ਜੋਟੀ ਨੂੰ ਰੱਬ ਨੇ ਥਣ ਕੈਸਾ ਲਾਇਆ ਹੈ ਮੁੱਠ ਮੁੱਠ ਦਾ ਔਰ ਚਾਰ ਚਪੇਰੂ ਗਿੱਠ ਗਿੱਠ ਦੀਆਂ ਵੰਡਾਂ ਸੋਹਣਾ ਚੱਡਾ ਹੁਸਨ ਬੜੇ ਕੱਦ ਚੰਗੇ ਲੰਬਾਈਆਂ ਚੁੜਾਈਆਂ ਪੂਰੀਆਂ ਬੜੀ ਲੰਮੀ ਚੌੜੀ ਵੱਡੀ ਬੈਂਸ ਬਣੀ ਹੈ ਦੋਸਤੋ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਇਹ ਦੁਨੀਆਂ ਦਾ ਪੁੱਛ ਲੋਹ ਦੀ ਵਜ੍ਹਾ ਨਾਲ ਰੱਖਦੀ ਹੈ ਜਾਂ ਲੋਹ ਦੀ ਪੱਕੀ ਬਲ ਗੱਲ ਬਲੇਡ ਫਿਰੇ ਬਸ ਮਾਂ ਹੀ ਸਿੱਧਾ ਕਿਲੇ ਠੋਕੇ ਜਾਤੀ ਵਾਲਾ ਮੁੱਲ ਨਹੀਂ ਮੰਗਣਾ ਜਿੰਨੇ ਦੀ ਆਪਣੀ ਮਾਰਕੀਟ ਦੇ ਲਿਹਾਜ਼ ਨਾਲ ਮੱਝ ਹੈ ਬਸ ਕੋਈ 5-10 ਹਜ਼ਾਰ ਮਾਰਕੀਟ ਤੋਂ ਲਿਹਾਜ਼ ਤੋਂ ਬਸ ਬੰਦਾ ਹੋ ਸਕਦਾ ਵਾਧਾ ਘਾਟਾ ਟਿਸ਼ੂ ਪੇਪਰ ਸਹੀ 30,000-40,000 50,000 ਹੁਣ ਦੋਸਤ ਅਗਲੇ ਬੜੇ ਸਿਆਣੇ ਹੋ ਗਏ ਨੇ ਬ੍ਰੇਕ ਪੂਰੀ ਮਾਰਕੀਟ ਦੇ ਲਿਹਾਜ਼ ਨਾਲ ਮਾਲ ਦਾ ਮੁੱਲ ਮੰਗ ਸੋ ਤੇ ਇਨਸ਼ਾਅੱਲਾ ਤਾਲਾ ਵਿਕਦਾ ਰਹੇਗਾ ਵੀਡੀਓ ਦਾ ਫਿਰ ਇਹ ਵਾਧਾ ਹੈ ਇੱਥੇ ਗਾਹਕ ਆਉਂਦੇ ਨੇ ਮੁੱਲ ਲਾਉਂਦੇ ਨੇ ਠੀਕ ਹੈ ਬਾਅਦ ਵੀ ਲਾ ਦਿੰਦੇ ਨੇ ਇੱਥੇ ਉਧਾਰ ਦਾ ਲਾਲਚ ਬੜਾ ਚੱਲਦਾ ਹੈ ਬੜਾ ਚੱਲਦਾ ਹੈ ਹਾਂਜੀ 10 ਸਾਲ ਚੀਜ਼ 11 'ਚ ਲੈ ਲਈ ਉਧਾਰ ਕਰ ਲਿਆ ਫਿਰ ਪਿੱਛੇ ਰੁਲਦੇ ਵੱਤਾ ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਪੈਸੇ ਪੇਮੈਂਟਾਂ ਨੰਗਾ ਤੋਂ ਨੇ ਕਹਿੰਦੇ ਨੌਂ 'ਤੇ ਪੈਸੇ ਲੈ ਦੇ ਸਾਂ ਬਾਕੀ ਮਾਝ ਦਾ ਮੁੱਲ ਇੰਝ ਦਾ ਹੋਣਾ ਚਾਹੀਦਾ ਹੈ ਕਿ ਕੋਈ ਦੋਸਤ ਹੈ ਨਾ ਕਿ ਜੋਟੀ ਜਨਾਬ ਦੇ ਲਈ ਇੱਕ ਮਿਸਾਲ ਹੈ 4 ਲੱਖ ਦੀ ਆਈ ਅਤੇ ਇਹਨਾਂ 4.25 ਮੰਗ ਲਿਆ ਮੁਕਾ ਦੇ ਗੱਲਾਂ 4,50,000 ਰੁਪਏ 4,50,000 ਰੁਪਇਆ ਸਾਡਾ ਦਿਲ ਇੱਥੇ ਨਹੀਂ ਰਹਿ ਗਿਆ ਮੈਂ ਤੇਰੀ ਚੰਗੀ ਹੈ ਸੋਨੇ ਦੀ ਟੂਬ ਹੈ ਮੈਂ ਪਤਾ ਕਿ ਤੇਰੀ ਦੋਸਤ ਖੜੀ ਹੁੰਦੀ ਹਾਂ ਬੋਲੇ 8 ਲੱਖ ਹੋ ਗਿਆ ਮੈਂ ਮੇਰੇ ਵੇਖ ਰਿਹਾ ਮੈਂ ਮੁੱਲ ਨਹੀਂ ਆਈ ਕਿਤਾ ਇਹਨਾਂ ਤਮਾਮ ਜਾਇਜ਼ ਅੱਛਾ ਬਾਕੀ ਸਾਡਾ ਦਿਲ ਤੁਹਾਡੇ ਕਦਰ ਹੋਏ ਇਸ ਮਾਂ ਦੇ ਸਹੀ ਹੈ ਬਾਕੀ ਅਸਾਂ ਤਾਂ ਰਾਜ਼ੀ ਹੁੰਦੇ ਸਾਡੇ ਨਾਲ ਸਾਡੇ ਮਾਂ ਜੀ ਦੀ ਚੰਚਾਰ ਦੇ ਤੂੰ ਥੱਲੇ ਥੱਲੇ ਕਦੇ ਆ ਸੈਟਿੰਗ ਕਰਨਾ ਤਾਂ ਫੇਰ ਮਜ਼ਾ ਆਏਗਾ ਹਾਂ ਨਾ ਮੁੱਲ ਮੈਂ ਸਿੰਘੀ ਦੇ ਸਿੰਘੀ ਲਾਈ ਬਿਲਕੁਲ ਬਿਲਕੁਲ ਸਿੰਘੀ ਮਾਈ ਦੀ ਬੜੀ ਸੋਹਣੀ ਹੈ ਸੁਨਾਪ ਚੰਗੇ ਅਨਸ਼ਾਰ ਕਾਲੀ ਆਤ ਮੈਂ ਅਗਾਣੀ ਬਾਡੀ ਵੇਖ ਮੈਂ ਥੱਲੂ ਵੇਖ ਹਰ ਤੱਕ ਸਾਰੀ ਸੋਨਾ ਹੈ ਸਾਨੂੰ ਗੱਲ ਇੱਕੇ ਦੀ ਬਸ ਹੁੰਦਾ ਕਹਿ ਕੇ ਮਾਝ ਦਾ ਮੁੱਲ ਮੁਨਾਸਿਬ ਹੋਣਾ ਚਾਹੀਦਾ ਹੈ ਤੇ ਡੋਰ ਤਾਂ ਵਿਕਦਾ ਹੈ ਮੁਕਾ ਦੇ ਦੇਣਾ ਚਾਰ ਦੇ ਅੰਦਰ ਬਾਰਾ ਰੁਪਈਆ 100 ਵੀ ਨਾ ਛੱਡੀ ਬਿਲ ਬੇਸ਼ੱਕ ਨਾ ਛੱਡੀ ਤੇਰੇ ਨਾਲ ਵਾਅਦਾ ਹੋ ਗਿਆ ਮਾਝ ਦਾ ਮੁੱਲ ਕਲੀਅਰ ਕਰ ਦੇ ਜਿੰਨੇ ਦੀ ਆਪਣੀ ਮਾਰਕੀਟ ਦੇ ਲਿਹਾਜ਼ ਨਾਲ ਵੀ 10,000 ਮੇਰੇ ਤਾਂ ਦਿਲ ਘੱਟ ਹੋ ਗਏ ਫਿਰ ਸੱਪਾ ਦੇ ਸੋਚ ਨਾ ਛੱਡੀ 3,95,000 ਰੁਪਇਆ ਵੈਰੀ ਗੁੱਡ ਕਿਸੇ ਚੈਨਲ ਦੇ ਮੈਂ ਬੋਲੇ ਤਾਂ ਹੋਣਾ ਹੀ ਨਹੀਂ ਰਾਜ਼ੀਆਂ ਰਾਜ਼ੀਆਂ ਤੇਰੇ ਤੇ ਕੰਨਾਂ ਤਾਂ ਰਾਜ਼ੀਆਂ ਹੈ ਇਹ ਦੋਸਤੋ ਅੱਜ ਚੱਲ ਤਾਲਾ ਅਲਹਮਦੁਲਿਲਾ
ਦੋਸਤ ਬੜਾ ਹਿਆ ਕਰਦੇ ਨੇ, ਕਿੱਲੇ ਵਾਲੇ ਵੀ ਮਾਸ਼ਾਅੱਲਾ ਜੇ ਜਿੱਥੇ ਨਪੀ ਉੱਥੇ ਨਪੀਂਦੇ ਨੇ। ਇਹਦੇ ਵਿੱਚ ਹੁਣ ਕੋਈ ਲਾਲਚ ਕੋਈ ਨਾ, ਤਾਂ 100 ਦਾ ਲਾਲਚ ਰੱਖੇ ਛੁੱਟਣ ਦਾ, ਨਾ ਕੋਈ ਕਿਰਾਏ ਦਾ, ਠੀਕ ਹੈ। ਮੁਹੱਬਤ ਹੋਏਗੀ ਖਾਣੇ ਪੀਣੇ ਦੇ ਤੌਰ 'ਤੇ, ਉਹ ਅਸੀਂ ਆਪਣੇ ਤੌਰ 'ਤੇ ਕਰਨੀ ਹੈ। ਵਸੀਮ ਵੱਲੋਂ ਨਾ ਹੀ ਹੋਏਗੀ, ਅਸੀਂ ਆਪਣੇ ਤੌਰ 'ਤੇ ਖਿਦਮਤ ਦੋਸਤਾਂ ਦੀ ਕਰ ਸਕਾਂਗੇ ਖਾਣੇ ਦੇ ਤੌਰ 'ਤੇ। ਦੋਸਤੋ ਨਜ਼ਰ ਮਾਰਨੀ ਕਹਿੰਦੀ ਕਾਠਾਂ ਦੇ ਵਿੱਚ ਕਿਸੇ ਨੂੰ ਨਹੀਂ ਰੱਖੀਆਂ ਲੈਣੀਆਂ ਸੰਗੀਆਂ ਜੀਆਂ, ਅਤੇ 395,000 ਇਹ ਮਾਸ਼ਾਅੱਲਾ ਸਲੀਆਂ ਕਰਨੀਆਂ ਨੇ, ਅਤੇ ਬੜਾ ਸਿੰਘੀ ਦਾ ਰੱਬ ਨੇ ਗਾੜ ਸੋਹਣਾ ਲਾਇਆ। ਨੰਬਰ ਸਾਡਾ ਜੀ 0300 ਪੂਰਾ 33 92 728। ਸਾਨੂੰ ਜੋ ਇਜਾਜ਼ਤ ਨਹੀਂ ਬੱਚਾ ਬੱਚਾ ਥੱਲੇ ਕੱਟੀਏ ਨਾ, ਕੱਟੀ ਥੋੜ੍ਹੇ ਉਠਾਓ ਨਾ, ਕੱਟੀ ਦਿਖਾ ਲਓ ਜੀ, ਕੱਟੀ ਸਿਹਤਮੰਦ ਹੈ ਇਹ ਦੋਸਤੋ ਮਾਸ਼ਾਅੱਲਾ। ਮਾਈ ਥੱਲੇ ਕੱਟੀ ਹੈ, ਤਿੰਨਾਂ ਟੂ ਚਾਰਾਂ ਦਿਨਾਂ ਦੀ ਮੇਰੇ ਖਿਆਲ ਸੂਈ ਹੋਈ ਹੈ, ਕੱਟੀ ਦੀਆਂ ਵੀ ਅੱਖਾਂ ਚਿੱਟੀਆਂ ਨੇ, ਐਵੇਂ 5-7 ਵਾਲ ਫੁੱਲੀ ਦੇ ਬੱਗੇ ਸੂ ਫੈਦਨ ਵਾਲ ਮੱਝ ਇੱਕ ਰੰਗ ਸ਼ਾਕ ਵਾਲੀ ਹੈ, ਅਤੇ ਕੱਟੀ ਦੀ ਛੋਟੀ ਜਿਹੀ ਫੁੱਲੀ ਹੈ ਔਰ ਮਾਸ਼ਾਅੱਲਾ ਬੜੀ ਸੋਹਣੀ ਹੈ। ਐ ਬਾਕੀ ਮੱਝ ਟੁਰਦੀ ਫਿਰਦੀ ਵੀ ਵੇਖ ਲਓ ਕਿ ਅੱਗੇ ਜਨਾਬ ਨਹੀਂ ਤੁਰ ਸਕਦੇ ਵਿਖਾਈ ਗਈ ਮਾਸ਼ਾਅੱਲਾ। ਇਸ ਚੀਜ਼ ਦੀਆਂ ਸਾਨੂੰ ਗਰੰਟੀਆਂ ਨੇ, ਕਿਉਂ ਅਸੀਂ ਮੌਕੇ 'ਤੇ ਆਏ, ਮੱਝ ਬਿਲਕੁਲ ਸੁਬਾਹ ਵੀ ਚੁਬਾਈ ਹੋਈ ਹੈ, ਅਤੇ 10-11 ਵਜੇ ਦੀ ਵੀਡੀਓ ਬਣ ਰਹੀ ਹੈ, ਦੋਸਤਾਂ ਨੂੰ ਵੀ ਮਲੂਮ ਹੁੰਦੀ ਪਈ ਹੈ ਕਿ ਜਨਾਬ ਦੇ ਲਈ ਪਣਾਂ ਦੇ ਵਿੱਚ ਇੱਕ ਡਾਲ ਵੀ ਨਹੀਂ। ਇਸ ਤਾਂ ਮੈਂ ਅੱਗੇ ਰਵਿਆ, ਇਸ ਤਾਂ ਜਾਵਣ ਦੇ ਮਾਈ ਮਾਸ਼ਾਅੱਲਾ। ਇੱਥੇ ਦੋਸਤਾਂ ਨੂੰ ਟੁਰਦੀ ਫਿਰਦੀ ਦਾ ਵੀ ਨਜ਼ਾਰਾ ਕਰਵਾ ਦਿੱਤਾ ਹੈ ਮਾਸ਼ਾਅੱਲਾ। ਜਾਣ ਦੇ ਸਾਨੂੰ ਹੁਣ ਜੇ ਇਜਾਜ਼ਤ ਨਹੀਂ, ਔਰ ਅੱਛੀ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ, ਔਰ ਮਿਲਾਂਗੇ ਅਗਲੀ ਵੀਡੀਓ 'ਤੇ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।